مورخ کی کے تک بات ہے کوٹ پر گرو نانک جن سنیا پیکھیا سے پھر گر بھاسنا پریارے گرو نانک جن سنیا پیکھیا سے پھر گر بھاسنا گرو نانک کی وڈھائی گرو نانک کی وڈھائی گرو نانک کی وڈھائی لگت بھری سگنے جگ انتر گرو نانک کی وڈھائی گرو نانک کی وڈھائی گرو نانک کی وڈھائی گرو نانک کی وڈھائی جگت بھئی سگلے جگ انتر گرو نانک کی وڈھائی گرو نانک کی وڈھائی گرو نانک کی وڈھائی گرو نانک کی وڈھائی گرو نانک کی وڈھائی
ਪੜੋ ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ, ਜਗਤ ਭਰਿ ਸਗਲੇ ਜੁਗ ਅੰਤਰ, ਜਗਤ ਭਰਿ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ। ਗੁਰੂ ਨਾਨਕ ਕੀ ਵਡਿਆਈ,
ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ। ਆਈ
ਬਾਬਾ ਨਾਨਕਾ ਸ਼ਬਦ ਅਟੁੱਟ ਬਾਬਾ ਨਾਨਕਾ ਸ਼ਬਦ ਅਟੁੱਟ ਬਾਬਾ ਨਾਨਕਾ ਸ਼ਬਦ ਅਟੁੱਟ ਬਾਬਾ ਨਾਨਕਾ ਸਰਗ ਪੁਰਸ਼ ਸ਼ਬਦ ਆਪੁੱਤ ਬਾਬਾ ਨਾਨਕਾ ਸ਼ਬਦ ਆਪੁੱਤ ਬਾਬਾ ਨਾਨਕਾ ਸੱਜਣ ਸਾਚਾ ਪਾਤਸ਼ਾਹ ਸਿਰਸਾ ਦੇਸ਼ਾ ਸੱਜਣ ਸਾਚਾ ਪਾਤਸ਼ਾਹ ਸਿਰਸਾ ਦੇਸ਼ਾ ਜਿਸ ਪਾਸ ਬੈਠਿਆ ਸੋਹੀ ਹੈ Thank you.
ਤਾਰਾ ਤਾਰਾ ਨਾਨਕ ਆ
ਵਾਹਿਗੁਰੂ 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 ਜਪੋ ਵਾਹਿਗੁਰੂ 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 ਬਾਜ ਗੁਰੂ ਦੁਬਾ ਜਗ ਸਾਰਾ ਬਾਜ ਗੁਰੂ ਦੁਬਾ ਜਗ ਸਾਰਾ ਬਾਜ ਗੁਰੂ ਦੁਬਾ ਜਗ ਸਾਰਾ ਬਾਜ ਗੁਰੂ ਦੁਬਾ ਜਗ ਸਾਰੇ ਜਪੋ ਬਾਜ ਗੁਰੂ ਭੈਣਾਂ ਵੀਰ ਬਜ਼ੁਰਗ ਮਾਤਾਵਾਂ ਦੀ ਤਾਂ ਆਵਾਜ਼ ਆ ਰਹੀ ਹੈ, ਵੀਰਾਂ ਦੀ ਆਵਾਜ਼ ਵੀ ਆਉਣੀ ਚਾਹੀਦੀ। ਕਰੋ ਕਿਰਪਾ ਵੀਰ ਬਜ਼ੁਰਗ ਜਿੰਨੇ ਬੈਠੇ ਉਸ ਸਾਰੇ ਸਤਿਗੁਰ ਦੇ ਪਿਆਰ ਜਾਹਰ ਵੀਰ ਜਗ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਅਵਤਾਰ ਪੁਰਬ ਦੇ ਸੰਬੰਧ ਵਿੱਚ ਇਹ ਪ੍ਰਬੰਧਕ ਵੀਰਾਂ ਦਾ ਉਪਰਾਲਾ ਬੜੇ ਚਾਵਾਂ ਨਾਲ ਗੁਰਮਸਲਾਂ ਨੂੰ ਉਲੀਕਿਆ। ਹਰ ਸਾਲ ਦੀ ਤਰ੍ਹਾਂ ਗਾਓ ਸ਼ਬਦ ਰੂਪ ਇਸ ਅਸੀਸ ਗੁਰੂ ਤੋਂ ਲਈਏ, ਕਰੀਏ ਵਡਿਆਈਆਂ ਸਨਿਰੰਕਾਰ ਦੀਆਂ। ਜਿੰਨੇ ਬੈਠੇ ਹੋ ਸਾਰਿਆਂ ਦੀ ਆਵਾਜ਼ ਆਵੇ, ਬਾਜ ਗੁਰੂ ਦੁਬਾ ਜਗ ਸਾਰਾ, ਬਾਜ ਗੁਰੂ ਦੁਬਾ ਜਗ ਸਾਰਾ, ਬਾਜ ਗੁਰੂ ਸ਼ਬਦਾਂ ਦੇ ਹੁਕਮ ਆਏ ਨੇ ਪ੍ਰਬੰਧਕ ਵੀਰਾਂ ਵੱਲੋਂ ਕੀ ਜ਼ਰੂਰ ਸੁਣਾਓ। ਆਪੇ ਬਹੁ ਮਿਤਰੰਗਲਾ ਸਖੀ ਮੇਰਾ ਲਾਲ ਔਰ ਸਭਨਾ ਕਾ ਮਾਂ ਪਿਓ ਆਪ ਹੈ, ਇਹ ਸ਼ਬਦ ਜ਼ਰੂਰ ਸੁਣਾਓ। ਆਓ ਸਾਰੀ ਲਾਈ ਕੀ ਗਾਈਏ ਗੁਰੂ ਦੇ ਪਿਆਰ ਵਿੱਚ ਕੋਈ ਰਸਮ ਵਾਜ। ਆਪੇ ਬਹੁ ਮਿਤਰੰਗਲਾ ਸਖੀਏ ਮੇਰਾ ਲਾਲ, ਆਪੇ ਬਹੁਤ ਸਖੀਏ ਮੇਰਾ ਲਾਲ, ਸਾਰੀ ਜਪੋ ਆਪੇ ਬਹੁਤ ਸਖੀਏ ਮੇਰਾ ਲਾਲ।
ਸ਼ਾਸਨ ਤੁਹਾਡਾ ਸੰਤਾਂ ਦਾ ਹੁਕਮ ਪ੍ਰਬੰਧਕ ਵੀਰਾਂ ਦਾ ਹੁਕਮ ਇਹ ਸ਼ਬਦ ਸੁਣਾਇਓ ਸੁਣਾ ਰਹੇ ਹਾਂ ਸਾਰੇ ਗਾਏ ਗੁਰੂ ਦੇ ਪਿਆਰ ਵਿੱਚ ਇਹ ਸ਼ਬਦ ਪੜ੍ਹ ਕੇ ਫਿਰ ਕੀਰਤਨ ਦੀ ਸਮਾਪਤੀ ਕਿਉਂਕਿ ਸਵਾ ਨੌਂ ਟੈਗੋਰ ਗਾਰਡਨ ਹਾਜ਼ਰੀ ਹੈ ਆਓ ਸਾਰੇ ਗੱਲ ਕੇ ਗਾਈਏ ਸਪਨਾ ਕਾ ਮਾਂ ਪਿਓ ਆਪ ਹੈ ਮਾਂ ਪਿਓ ਮਾਂ ਪਿਓ ਆਪ ਹੈ ਮਾਂ ਪਿਓ ਆਪ
ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ ਅਬ ਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਅਬ ਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਧੰਨ ਨਾਨਕ ਤੇਰੀ ਵੱਡੀ ਜਿਨ ਨਾਮ ਲਿਖਾਇਆ ਸੱਚ
ਸਮਾਂ ਕੀਰਤਨ ਨੂੰ ਹਾਜ਼ਰੀ ਲਵਾਈ ਹੈ ਕਿਉਂਕਿ ਸਭਾ ਨੂੰ ਇੱਥੇ ਹੀ ਹੋ ਗਏ ਨੇ। ਦੱਸ ਰਿਹਾ ਤਾਂ ਕੀਰਤਨ ਟੈਗੋਰ ਗਾਰਡਨ ਸੀ, ਸੋ ਜਿਹਨਾਂ 'ਚ ਕੀਰਤਨੀ ਆਉਂਦੇ ਨੇ ਭਾਈ ਸਾਹਿਬ ਜੀ 5-7 ਮਿੰਟ ਲਈ ਸਿਮਰਨ ਕਰਵਾਉਣਗੇ। ਸੋ ਇਸੇ ਤਰ੍ਹਾਂ ਇਕਾਗਰਤਾ ਨਾਲ ਬੈਠੇ ਰਹਿਣਾ। ਕੁਟਾਲ ਕੁਛ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਸਾਰੀਆਂ ਪਿਆਰ ਵਾਲੀਆਂ ਸੰਗਤਾਂ ਦਾ, ਸਾਰੇ ਪ੍ਰਬੰਧਕ ਵੀਰਾਂ ਦਾ, ਸੇਵਕ ਜਥੇ ਦਾ ਧੰਨਵਾਦ ਜਿਨ੍ਹਾਂ ਨੇ ਪਿਆਰ ਕੀਤਾ ਹੈ ਭੁੱਲਾਂ ਚੁੱਕਾਂ ਦੀ ਖਿਮਾ। ਸੋ ਆਓ ਬੜੇ ਪਿਆਰ ਨਾਲ ਅਗਲਾ ਪ੍ਰੋਗਰਾਮ ਸ਼ੁਰੂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।